ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੋਂ ਕਿ ਅੱਜ ਜਿਹੜਾ ਚਾਰ ਨੌਜਵਾਨ ਬਿਆਸ ਦਰਿਆ ਦੇ ਵਿੱਚ ਲਾਪਤਾ ਹੋਣ ਦੀ ਖਬਰ ਜਿਹੜੀ ਅਸੀਂ ਪਹਿਲਾਂ ਨਸ਼ਰ ਕੀਤੀ ਹੈਗੀ ਹੈ, ਤਾਂ ਇਹ ਉਹ ਲੋਕੇਸ਼ਨ ਹੈਗੀ ਹੈ ਜਿੱਥੇ ਕਿ ਤੁਸੀਂ ਦੇਖੋਗੇ ਦੂਰ ਅਸਤ ਘਾਟ ਹੈਗਾ, ਕਰੀਬ ਕਹਿ ਸਕਦੇ ਹਾਂ ਕਿ 300-400 ਮੀਟਰ ਅੱਗੇ ਅਸਤ ਘਾਟ ਹੈਗਾ, ਔਰ ਉਸ ਤੋਂ ਅੱਗੇ ਇਹ ਜਿਹੜੇ ਨੌਜਵਾਨ ਸੀਗੇ ਇਸ ਜਗ੍ਹਾ ਦੇ ਉੱਤੇ, ਇੱਥੇ ਦਿਖਾਉਣ ਦੇ ਜਿਹੜਾ ਮੌਕਾ ਹੈਗਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਟੀਮ ਵੱਲੋਂ ਹੁਣ ਮੌਕਾ ਜਿਹੜਾ ਹੈਗਾ ਮੁੜ ਤੋਂ ਫਿਰ ਤੋਂ ਇਹ ਜਾਂਚਿਆ ਜਾ ਰਿਹਾ, ਔਰ ਨਾਲ ਹੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਵੀ ਜਿਹੜਾ ਹੈਗਾ ਨਿਗਰਾਨੀ ਹੋਵੇ, ਔਰ ਜਿਹੜੇ ਲੋਕ ਅਗਲੇ ਪਿੰਡਾਂ ਦੇ ਨੇ ਉਹਨਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ, ਔਰ ਇਸ ਸਪੌਟ ਦੇ ਉੱਤੇ ਜਿਹੜਾ ਹੈਗਾ ਇਹ ਜਿਹੜੇ ਸ਼ਰਧਾਲੂ ਸੀਗੇ ਉਹ ਮੂਰਤੀ ਵਿਸਰਜਨ ਕਰਨ ਦੇ ਲਈ ਪਹੁੰਚੇ ਸੀਗੇ, ਉਸ ਦੌਰਾਨ ਹੀ ਜਿਹੜੇ ਨੌਜਵਾਨ ਹੈਗੇ ਆ ਚਾਰ ਇੱਥੇ ਅੱਗੇ ਆੜ ਕੇ ਤਸਵੀਰਾਂ ਥੋੜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੋਂ ਕਰੀਬ 100 ਮੀਟਰ ਦੀ ਦੂਰੀ ਤੇ ਜੇਕਰ ਗੱਲ ਕਰਾਂ ਤਾਂ 100 ਮੀਟਰ ਦੀ ਦੂਰੀ ਦੇ ਉੱਤੇ ਉਹ ਨੌਜਵਾਨ ਜਿਹੜੇ ਹੈਗੇ ਇਸ ਕੱਚੇ ਰਸਤੇ ਰਾਹੀਂ। ਕੀ ਨਾਮ ਹੈਗਾ? ਮੇਰਾ ਨਾਮ ਭਾਈ ਅੰਕੁਰ ਹੈਗਾ। ਅੰਕੁਰ ਹੈਗਾ, ਅੰਕੁਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ? ਮੈਂ ਤਾਂ ਉਦਾਂ ਇੱਥੇ ਜਲੰਧਰ ਅਰਬਨ ਸਟੇਟ ਫੇਸ 1 ਗਰਾ ਜਲੰਧਰ ਚ ਰਹਿੰਦਾ ਵਾਂ, ਤੇ ਮੇਰਾ ਪਿੰਡ ਹੈਗਾ ਯੂਪੀ, ਪਿੰਡ ਦਾ ਨਾਮ ਹੈਗਾ ਖਰਾਰਾ, ਜ਼ਿਲ੍ਹਾ ਸੀਤਾਪੁਰ। ਠੀਕ ਹੈ, ਤੇ ਕਿੰਨੇ ਨੌਜਵਾਨ ਜਿਹੜੇ ਇੱਥੇ ਲਾਪਤਾ ਹੋਏ ਤੁਹਾਡੇ? ਚਾਰ ਹੈਗੇ ਆ। ਚਾਰ ਹੋਏ, ਕੀ ਲੱਗਦੇ ਤੁਹਾਡੇ? ਉਹ ਮੇਰੇ ਚਾਰੋਂ ਹੀ ਭਰਾ ਲੱਗਦੇ ਆ। ਸਕੇ ਭਰਾ ਨੇ? 3 ਸਗੇ ਆ ਤੇ 1 ਦੂਰ ਦਾ ਵਾ, ਲੇਕਿਨ ਕਹਿਣ ਤਾਂ ਇਕੱਠੇ ਭਰਾ ਸੀਗੇ ਸਕੇ? ਹਾਂਜੀ। ਮਾਸੀ ਦਾ ਮੁੰਡਾ ਜਾਂ ਕਿਵੇਂ ਸੀਗੇ ਉਹ? ਦੇਖੋ ਕਹਿਣ ਦਾ ਮਾਸੀ ਦਾ ਮੁੰਡਾ, ਬਟ ਹੈ ਤਾਂ ਭਰਾ ਹੀ। ਨਹੀਂ, ਕੌਣ ਕੌਣ ਸੀਗੇ? ਮਾਸੀ ਦੇ ਮੁੰਡੇ ਕਿੰਨੇ? ਮਾਸੀ ਦਾ ਮੁੰਡਾ ਇੱਕ ਜਿਹਦਾ ਨਾਂ ਧੀਰਜ ਹੈਗਾ ਵਾ, ਤੇ ਇੱਕ ਰਣਜੀਤ ਤੇ ਗੋਲੂ, ਉਹ ਭਰਾ ਹੈਗਾ। ਮਾਸੀ ਦੇ ਮੁੰਡੇ? ਨਹੀਂ ਨਹੀਂ ਉਹ ਮੇਰੇ ਭਰਾ ਹੈਗੇ ਆ। ਰਣਜੀਤ ਤੇ ਗੋਲੂ ਸਕੇ ਭਰਾ ਵਾ? ਹਾਂਜੀ। ਔਰ ਧੀਰਜ ਮਾਸੀ ਦਾ ਮੁੰਡਾ? ਮਾਸੀ ਦਾ ਮੁੰਡਾ, ਤੇ ਜਿਹੜਾ ਦੂਜਾ ਅੰਕਿਤ ਹੈਗਾ ਵਾ ਉਹ ਆਪਣੇ ਪਿੰਡ ਦਾ ਆਏਗਾ। ਤੁਹਾਡੇ ਪਿੰਡ? ਹਾਂਜੀ। ਉਹ ਚਾਚੇ ਲਈ ਕਿਹੜਾ ਇਹਨਾਂ ਚੋਂ? ਧੀਰਜ ਵਿਆਹਿਆ ਹੋਇਆ। ਕਿੰਨੇ ਬੱਚੇ ਹੋ ਗਏ? ਬੱਚੇ ਕੋਈ ਨਹੀਂ ਹੈ। ਠੀਕ ਹੈ, ਕਿੰਨਾ ਚਿਰ ਹੋ ਗਿਆ ਵਿਆਹ ਨੂੰ? ਹੋ ਗਿਆ ਭਾਈ 3 ਸਾਲ ਹੋ ਗਏ। 3 ਸਾਲ ਹੋ ਗਏ। ਕੀ ਕੰਮ ਕਰਦਾ? ਉਹ ਤਾਂ ਮਾਲੀ ਦਾ ਕੰਮ ਕਰਦਾ ਵਾ। ਮਾਲੀ ਦਾ ਕੰਮ? ਹਾਂਜੀ। ਇੱਥੇ ਇੱਥੇ ਕਿਸ ਮਕਸਦ ਨਾਲ ਆਏ ਸੀਗੇ? ਇੱਥੇ ਸੀਗਾ ਜਿਹੜੇ ਜਨਮ ਅਸ਼ਟਮੀ ਤੇ ਕਨਿਆ ਜੀ ਦੀ ਮੂਰਤ ਨਹੀਂ ਰੱਖਦੇ ਆ, ਉਹ ਸਾਡੇ ਕੋਲ ਨਿੱਜੀ ਹੈਗੀ ਆ, ਪਿੱਤਲ ਦੀ ਬਣਵਾਈ ਹੈ, ਤੇ ਉਹਨੂੰ ਨਲਾਉਣ ਵਾਸਤੇ ਆਏ ਸੀਗੇ। ਨਹਿਲਾਣ ਜਾਂ ਪ੍ਰਵਾਹਿਤ ਕਰਨ ਆਏ? ਨਲਾਉਣ ਆਏ ਸੀ। ਨਲਾਉਣ ਆਏ? ਹਾਂਜੀ। ਤੇ ਮੂਰਤੀ ਕਿਥੋਂ ਆਪਕੇ? ਮੂਰਤੀ ਕਿਥੇ ਹੁਣ? ਮੂਰਤੀ ਜਿਹੜੇ ਉਹ ਜਿਹਦੇ ਲੱਕੜ ਦਾ ਬਣਾਇਆ ਸੀ ਉਹ ਵਿੱਚ ਹੀ ਸੁੱਟ ਚ ਲਾ ਦਿਓ। ਹਾਂਜੀ। ਅੱਛਾ, ਠੀਕ ਹੈ। ਹੁਣ ਪਾਲ ਕਰ ਰਹੀ ਪੁਲਿਸ? ਪੁਲਿਸ ਵੀ ਆਈ ਮੌਕੇ ਤੇ, ਆਪਣੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ, ਮਦਦ ਕਰ ਰਹੇ ਸਾਰੇ, ਮਦਦ ਕੀਤੇ ਗੋਤਾਖੋਰ ਵੀ ਆਏ ਤੇ ਹੋਰ ਦੂਜੇ ਵੀ ਆਉਣ ਵਾਲੇ। ਅੱਗੇ ਨੂੰ ਜਾਂਦੇ ਹੈਗੇ ਔਰ ਉਸ ਰਸਤੇ ਤੋਂ ਅੱਗੇ ਜਾ ਕੇ ਜਦ ਉਸ ਜਗ੍ਹਾ ਦੇ ਉੱਤੇ ਨਹਾਉਣ ਲੱਗਦੇ ਨੇ, ਥੋੜਾ 100 ਮੀਟਰ ਅੱਗੇ ਜਾ ਕੇ ਜਦ ਨਹਾਉਣ ਲੱਗਦੇ ਨੇ ਤਾਂ ਉੱਥੇ ਇਹ ਘਟਨਾ ਜਿਹੜਾ ਹੈਗਾ ਵਾਪਰਦੀ ਹੈਗੀ ਹੈ। ਤਾਂ SHO ਬਿਆਸ ਵੀ ਮੌਜੂਦ ਨੇ ਸਰ, ਹੁਣ ਤੱਕ ਜਿਹੜਾ ਹੈਗਾ ਸਪੌਟ ਤੁਸੀਂ ਦੁਬਾਰਾ ਵੀ ਜਾਂਚ ਰਹੇ ਹੋ, ਦੁਬਾਰਾ ਟੀਮਾਂ ਕੋਸ਼ਿਸ਼ ਕਰ ਰਹੀਆਂ, ਕੋਈ ਹੁਸ਼ਿਆਰਪੁਰ ਨੂੰ ਲੈ ਕੇ ਟੀਮਾਂ ਵੀ ਇੱਥੇ ਬੁਲਾਈਆਂ ਗਈਆਂ? ਕੁਛ ਦੱਸ ਰਹੇ ਫ੍ਰੀ ਸੇਵਾ ਸੁਸਾਇਟੀ ਜੀ, ਜਦੋਂ ਤੁਹਾਡੀ ਸ਼ਾਇਦ ਮੀਡੀਆ ਦੇ ਖਬਰ ਚੱਲੀ, ਸਾਡੇ ਨਾਲ ਆਪ ਉਹਨਾਂ ਨੇ ਸੰਬੰਧ ਪੈਦਾ ਕੀਤਾ ਜੀ, ਵੀ ਅਸੀਂ ਇਹ ਇੱਕ ਗੋਤਾਖੋਰ ਸਾਡੇ ਕੋਲ ਟੀਮ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸੁਸਾਇਟੀ ਆ, ਉਹਨਾਂ ਨੇ ਸਾਨੂੰ ਖੁਦ ਕਾਲ ਕੀਤਾ ਜੀ, ਅਸੀਂ ਖੁਦ ਸੇਵਾ ਵਾਸਤੇ ਤੁਹਾਡੇ ਕੋਲ ਸਵੇਰੇ ਪੁੱਜ ਰਹੇ ਹਾਂ ਜੀ। ਬਾਕੀ ਸਾਡੇ ਮੇਰੇ DSP ਸਾਹਿਬ ਵੀ ਆ ਗਏ, ਸਾਡੇ ਸੀਨੀਅਰ ਅਫਸਰ ਸਾਹਿਬ ਨੂੰ ਸਾਰਾ ਕੁਝ ਕਰ ਰਹੇ ਨੇ ਜੀ, SDM ਸਾਹਿਬ ਨੂੰ ਸੂਚਿਤ ਕਰ ਦਿੱਤਾ ਗਿਆ ਜੀ, ਉਹ ਵੀ ਆਪਣੇ ਤੌਰ ਤੇ ਹਰੀਕੇ ਹੈੱਡ ਤੱਕ ਅਸੀਂ ਨੋਟ ਕਰਾ ਦਿੱਤਾ। ਹਰੀਕੇ ਹੈੱਡ ਤੇ ਸਰ ਹੋਰ ਵੀ ਟੀਮਾਂ ਜਿਹੜੀਆਂ ਹੈਗੀਆਂ ਤੈਨਾਤ ਕਰ ਰਹੇ? ਉਹ ਸਰ ਆਲਰੇਡੀ SDM ਸਾਹਿਬ ਨੇ ਉੱਥੇ ਇਨਫੋਰਮ ਕਰ ਦਿੱਤਾ ਜੀ, ਅਸੀਂ ਪਰਿਵਾਰ ਦੇ ਮੈਂਬਰ ਸਾਡੇ ਨਾਲ ਸਾਡੇ ਕੋਲ ਨੇ ਜੀ, ਉਹਨਾਂ ਨੂੰ ਅਸੀਂ ਉੱਥੇ ਭੇਜਾਂਗੇ, ਜੇਕਰ ਉੱਥੇ ਸਾਨੂੰ ਮਿਲਦੇ ਨੇ ਤਾਂ ਫਿਰ ਉਹ ਆਈਡੈਂਟੀਫਾਈ ਕਰਨਗੇ ਜੀ। ਹੁਣ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਉਹਨਾਂ ਚੋਂ ਕੁਛ ਇੱਕ ਜਿਹੜੇ ਸੀਗੇ ਪਰਿਵਾਰਕ ਜੋ ਔਰਤਾਂ ਸੀਗੀਆਂ, ਉਹਨਾਂ ਨੂੰ ਜਲੰਧਰ ਵਾਪਸ ਜਾ ਰਹੇ ਆ ਜਾਂ ਫਿਰ ਕੋਈ ਪ੍ਰਬੰਧ ਕਰ ਰਹੇ ਹੋ? ਇਸ ਤਰ੍ਹਾਂ ਜੀ, ਜਿਹੜੇ ਸਾਡੇ ਕੋਲ 10-11 ਮੈਂਬਰ ਸੀਨੀਅਰ ਮੈਂਬਰ ਜਿਹੜੇ ਜੈਂਟਸ, ਉਹ ਸਾਡੇ ਕੋਲ ਨੇ ਜੀ, ਬਾਕੀ ਇਹਨਾਂ ਨੇ ਪਰਿਵਾਰਾਂ ਨੇ ਫਿਰ ਆਪਣੀ ਸਹਿਮਤੀ ਨਾਲ ਉਹਨਾਂ ਨੂੰ ਜਲੰਧਰ ਭੇਜ ਦਿੱਤਾ ਜੀ, ਤੇ ਇਹਨਾਂ ਦਾ ਅਸੀਂ ਰਹਿਣ ਸਹਿਣ ਦਾ, ਖਾਣੇ ਪਾਣੀ ਦਾ ਅਸੀਂ ਪ੍ਰਬੰਧ ਕਰ ਲਿਆ ਜੀ। ਠੀਕ ਹੈ, ਇੱਥੇ ਗੁਰਦੁਆਰਾ ਸਾਹਿਬ, ਗੁਰਦੁਆਰਾ ਮਾਨਸਰ ਸਾਹਿਬ? ਹਾਂ ਬਿਲਕੁਲ ਜੀ, ਸਾਡੇ ਕੋਲ ਹੋਰ 32 ਸੋਰਸਸ ਹੁੰਦੇ ਜੀ, ਲੋਕਲ ਲੋਕ ਹੀ ਸਾਡੀ ਬਹੁਤ ਮਦਦ ਕਰ ਰਹੇ ਨੇ, ਸਾਡੇ ਪਿੰਡਾਂ ਵਾਲੇ ਵੀ, ਅੱਗੇ ਵੀ ਸਾਡੇ ਜਿਹੜੇ ਪਿੰਡ ਵਾਲੇ ਸਾਡੇ ਲੋਕਲ ਸਾਡੀ ਹੈਲਪ ਕਰਦੇ ਜੀ, ਅਸੀਂ ਲੱਗੇ ਹੋਏ ਜੀ, ਸਾਡੀ ਪੁਲਿਸ ਟੀਮ ਲੱਗੇ, ਸਾਡੇ ਸੀਨੀਅਰ ਅਫਸਰ ਸਾਡੀ ਪੂਰੀ ਮਦਦ ਕਰ ਰਹੇ ਨੇ ਜੀ, ਅਸੀਂ
ਲੱਗੇ ਹੋਏ ਆ ਜਿਸ ਵਿੱਚ। ਠੀਕ ਠੀਕ ਹੈ, ਤਾਂ ਇਹ ਉਹ ਲੋਕੇਸ਼ਨ ਹੈਗੀ ਆ ਜਿੱਥੇ ਇਹ ਘਟਨਾ ਵਾਪਰੀ ਹੈਗੀ ਆ। ਪੁਲਿਸ ਟੀਮ ਦੀ ਗੱਲ ਕਰਾਂ, ਉਹ ਵੀ ਮੌਜੂਦ ਹੈ, ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ, ਔਰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਉਹਨਾਂ ਨੌਜਵਾਨਾਂ ਦਾ ਕੁਝ ਪਤਾ ਚੱਲ ਸਕੇ, ਔਰ ਇਸ ਬੇਹੱਦ ਮੰਦਭਾਗੀ ਘਟਨਾ ਦੇ ਨਾਲ ਜਿਹੜਾ ਹੈਗਾ ਬੇਹੱਦ ਮਾਹੌਲ ਜਿਹੜਾ ਹੈਗਾ ਉਹ ਵੀ ਇੱਥੇ ਕਹਿ ਸਕਦੇ ਗਮਗੀਨ ਬਣਿਆ ਹੋਇਆ, ਔਰ ਪੁਲਿਸ ਔਰ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੌਜਵਾਨਾਂ ਦਾ ਕੁਝ ਪਤਾ ਚੱਲ ਸਕੇ, ਔਰ ਵੱਖ ਵੱਖ ਸੰਸਥਾਵਾਂ ਜਿਹੜੀਆਂ ਉਹ ਵੀ ਇਸ ਖਬਰ ਦੀ ਸੂਚਨਾ ਮਿਲਦੇ ਸਾਰ ਹੈਗਾ ਇਸ ਇੱਥੇ ਮੌਕੇ ਦੇ ਉੱਤੇ ਪਹੁੰਚ ਰਹੇ ਨੇ, ਤਾਂ ਜੋ ਗੋਤਾਖੋਰ ਜਿਹੜੇ ਵੀਰ ਨੇ ਜਿਹੜੇ ਕਿਤੇ ਨਾ ਕਿਤੇ ਸੰਸਥਾ ਚਲਾ ਰਹੇ ਨੇ ਤੇ ਉਹ ਵੀ ਇੱਥੇ ਆਣ ਕੇ ਇਸ ਕਹਿ ਸਕਦੇ ਕਿ ਨੌਜਵਾਨਾਂ ਦੀ ਭਾਲ ਦੇ ਵਿੱਚ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਣ, ਔਰ ਪ੍ਰਮਾਤਮਾ ਕਰੇ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਮਿਲ ਸਕਣ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਿਆਸ।